ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਤੁਸੀਂ ਵੇਖਦੇ ਪਏ ਗੁਲਾਮ ਅਹਿਮਦ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਅੱਜ ਗੁਲਾਮ ਅਹਿਮਦ। ਦੋਸਤੋ, ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ, ਨਾਲ ਲੱਗੇ ਬੈਲ ਦੇ ਬਟਨ ਕਰ ਲੈਣਾ ਕਲਿੱਕ, ਤਾਂ ਕਿ ਅੱਛੀ ਤੇ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਮੇਰੇ ਵੀਰਾਂ ਤੱਕ ਪਹੁੰਚੇ। ਸਭ ਤੋਂ ਪਹਿਲੇ ਅੱਜ ਮਾਸ਼ਾਅੱਲਾ ਅੱਲਾ ਦੇ ਫਜ਼ਲ ਕਰਮ ਦੇ ਨਾਲ ਦੂਸਰਾ ਸੂਆ ਸੂਈ ਮਾਝ ਵੀਡੀਓ ਲੈ ਕੇ ਆਇਆ। ਇਹ ਕਦੋਂ ਸੂਈ ਜਨਾਬ? ਇਹ ਸਾਰੀਆਂ ਗੱਲਾਂ ਮਾਲਕ ਤੋਂ ਸਾਂਝੀਆਂ ਲੈ ਕੇ ਦੇਵਾਂਗੇ ਅੱਲਾ ਦੇ ਫਜ਼ਲ ਕਰਮ ਦੇ ਨਾਲ। ਮਾਝ ਦਾ ਕੱਦ ਚੰਗਾ, ਲਾਮ ਚੰਗੀ, ਇੱਕ ਹੱਡੀ ਮਾਸ਼ਾਅੱਲਾ ਪੁੱਠਾ ਖੁੱਡਾ ਢਾਕ ਮੇਰੇ ਕੈਮਰੇ ਨਜ਼ਰ ਹੋਵੇਗੀ। ਮੇਰੇ ਭਰਾਵਾਂ ਨੇ ਆਪਣੀਆਂ ਨਿਗਾਹਾਂ ਨਾਲ ਤਸੱਲੀ ਕਰ ਲੈਣੀ ਹੈ। ਬਾਕੀ ਜਨਾਬ ਤਾਜ਼ੀ ਸੂਈ ਮੱਝ ਤੇ ਜੋ ਇਹਦਾ ਮਾਮਲਾਤ ਹੈ, ਸਾਰੀਆਂ ਗੱਲਾਂ ਜਨਾਬ ਮਾਲਕ ਤੋਂ ਸਾਂਝੀਆਂ ਲੈ ਕੇ ਦੇਵਾਂਗੇ। ਮੱਝ ਮਾਸ਼ਾਅੱਲਾ ਪੂਰੀ ਜਨਾਬ ਸ਼ਾਹ ਜ਼ੋਰ ਡਾਲੇ ਜਿੱਦੀ ਅੱਲਾ ਦੇ ਫਜ਼ਲੋ ਕਰਮ ਦੇ ਨਾਲ ਪੂਰਾ ਜਨਾਬ ਧੁੰਨੀ ਤੋਂ ਲੈ ਕੇ ਤੇ ਸਾਹ ਤੀਕ ਰਵਾਨਾ, ਸੋਹਣਾ ਥਾਣ ਪੂਰਾ ਜਨਾਬ ਵਿਰਲਾ ਤੇ। ਬਾਕੀ ਜਨਾਬ ਇੱਕ ਹੱਡੀ ਮਾਸ਼ਾਅੱਲਾ ਪੁੱਠਾ ਖੁੱਡਾ ਢਾਕ ਕੈਮਰੇ ਨਜ਼ਰ ਹੈ, ਬਿਲਕੁਲ ਬਰੀਕ ਹੈ ਜਿਵੇਂ ਜਨਾਬ ਰੇਸ਼ਮ ਦਾ ਕੱਪੜਾ ਹੈ। ਮਾਸ਼ਾਅੱਲਾ ਚਾਰੇ ਖੋਰ ਇੱਕੋ ਜਿਹੇ ਜਿਵੇਂ ਜਨਾਬ ਘੋੜਿਆਂ ਦੇ ਸੁੱਭ ਹੁੰਦੇ ਨੇ। ਮਾਝ ਦਾ ਕੱਦ ਲਾਮ ਪੂਰੀ ਜਨਾਬ ਕੈਮਰੇ ਨਜ਼ਰ ਵਿੱਚ ਅੱਲਾ ਦੇ ਫਜ਼ਲ ਕਰਮ ਦੇ ਨਾਲ। ਕਤਰੀ ਕਤਰੀ ਸਿੰਘੀ ਸਫੈਦ ਥੋੜਾ ਮੱਥਾ, ਬਾਕੀ ਜਨਾਬ ਸ਼ਾਹ ਕਾਲੀ। ਲੈਣੇ ਦੇਣੇ ਮੁਕੱਦਰ ਹੁੰਦੇ ਨੇ, ਸੌਦਾ ਨਾਲ ਨਸੀਬ ਦੇ। ਆਪਣੇ ਭਰਾਵਾਂ ਵਾਸਤੇ ਹਮੇਸ਼ਾ ਕੋਸ਼ਿਸ਼ ਤੇ ਮਿਹਨਤ ਕਰਕੇ ਅੱਛੇ ਜਾਨਵਰ ਇਨਸ਼ਾਅੱਲਾ ਆਪਣੇ ਚੈਨਲ ਤੇ ਇਨਸ਼ਾਅੱਲਾ ਪਾਏ ਜਾਂਦੇ ਨੇ, ਤਾਂ ਕਿ ਮੇਰੇ ਵੀਰ ਭਰਾ ਵੇਖਣ ਜਾਨਵਰ ਤੇ ਜਾਨਵਰ ਖਰੀਦਣ। ਬਾਕੀ ਭਰਾਵਾਂ ਨੇ ਇਨਸ਼ਾਅੱਲਾ ਆਪਣੀਆਂ ਨਿਗਾਹਾਂ ਨਾਲ ਤਸੱਲੀ ਕਰ ਲੈਣੀ ਹੈ। ਰਮਜ਼ਾਨ ਤੁਲ ਮੁਬਾਰਕ ਦਾ ਮਹੀਨਾ, ਅੱਲਾ ਦੀ ਮਿਹਰਬਾਨੀ ਨਾਲ ਜ਼ਿਆਦਾ ਜਨਾਬ ਕੋਈ ਜਨਾਬ ਤਕਰੀਰ ਨਹੀਂ ਕਰਨੀ, ਮੁਕਤ ਸਿਰ ਗੱਲਾਂ ਕਰਨੀਆਂ ਨੇ ਇਨਸ਼ਾਅੱਲਾ। ਬਾਕੀ ਭਰਾਵਾਂ ਨੂੰ ਇਨਸ਼ਾਅੱਲਾ ਮਾਝ ਦਾ ਮਜ਼ਾ ਆਵੇਗਾ, ਤੁਲੀ ਕੋਰੀ ਦਾ ਨਿਸ਼ਾਨ ਕੋਣੀ। ਮਾਝ ਦਾ ਜਨਾਬ ਕੱਦ ਲਾਮ ਪਸ਼ਮ ਜਨਾਬ ਗਿੱਠ ਗਿੱਠ ਪੂਰੀ ਜਨਾਬ ਨੀਲੀ ਦੀ ਮਾਝ ਅੱਲਾ ਦੇ ਫਜ਼ਲ ਕਰਮ ਦੇ ਨਾਲ। ਮਾਝ ਦਾ ਖੁੱਡਾ ਪੁੱਠਾ ਢਾਕ ਜਨਾਬ ਕੈਮਰੇ ਨਜ਼ਰ ਹੈ। ਲਾਲਾ ਜੀ ਇੱਧਰ ਆਓ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਲਓ ਭਾਈ ਜੀ ਮੱਝ ਵਿਖਾਈ ਜਾਂਦੇ ਹਾਂ। ਸਭ ਤੋਂ ਪਹਿਲੇ ਇਹ ਦੱਸਣਾ ਹੈ ਕਿ ਮੱਝ ਜਨਾਬ ਸੂਪੀ ਹੈ ਤੇਰੀ? ਮੱਝ ਸੂਪੀ ਜੀ, ਮੱਝ ਸੂਈ ਕਰਮ ਵਾਲੀ ਤੁਹਾਡੇ ਸਾਹਮਣੇ ਜੇਰ ਮੱਝ ਨੂੰ ਪੈਣ ਵਾਲੀ। ਅੱਛਾ, ਤੇ ਮੱਝ ਕਦੋਂ ਸੂਈ ਹੈ? ਮੱਝ ਅੱਜ ਸੁਬਾ ਸੂਈ ਹੈ, ਸਰਗੀ ਵੇਲੇ। ਸਰਗੀ ਵੇਲੇ ਸੂਈ ਹੈ ਜੀ। ਤੇ ਕੀ ਦਿੱਤਾ ਸੀ ਜਨਾਬ? ਮੱਝ ਨੇ ਕੱਟਾ ਦਿੱਤਾ ਜੀ। ਕੱਟਾ ਤੇ ਜੇਰ ਪਾ ਦਿੱਤੀ ਸੀ? ਨਹੀਂ, ਜੇਰ ਆ ਕੇ ਕਰਮ ਵਾਲੀ ਨਾਲ ਸੁੱਕਣੀ ਹੈ ਜੀ। ਖਾਣ ਥੁਣ ਪਾਸ ਕਰ ਲਈ? ਖਾਣ ਥੁਣ ਪਾਸ ਨੇ ਮਾਸ਼ਾਅੱਲਾ, ਇਹ ਕਿਹੜੀ ਕਿਤਵਾਂਦੀ ਹੈ ਮੱਝ, ਇਹਦੀ ਸਾਡੀ ਸ਼ਾਦੀ ਹੈ, ਖਣਾ ਛਣਾ ਦੀ ਹਰ ਸ਼ੈ। ਅੱਛਾ, ਕਲੀਅਰ ਹੈ? ਹਾਂਜੀ ਕਲੀਅਰ ਜੀ। ਛੱਟਾ ਫੁਹਾਰ ਗੱਡ ਬਰੋੜੀ ਨਹੀਂ, ਹੁਣ ਤਾਂ ਕਰਮ ਵਾਲੀ ਸੂਪ ਹੀ ਹੈ ਜਿੰਨੇ ਲੈਣੀ। ਸੂਪ ਹੀ ਹੈ ਤੇ ਜੇਰ ਪਾ ਦੇ ਦੀ ਇਨਸ਼ਾਅੱਲਾ। ਜੇਰ ਇਨਸ਼ਾਅੱਲਾ ਅੱਲਾ ਦੇ ਬੁਨਾਣੇ ਸੁੱਟ ਦੇਗੀ। ਸੁੱਟ ਦੇਗੀ, ਠੀਕ ਹੋ ਗਿਆ। ਤੇ ਬਾਕੀ ਭਰਾਵਾਂ ਨੇ ਇਨਸ਼ਾਅੱਲਾ ਆਪਣੇ ਨਿਗਾਹਾਂ ਨਾਲ ਵੇਖ ਲੈਣਾ, ਇਹਦੇ ਵਿੱਚ ਕੋਈ ਜਨਾਬ ਆਪਾਂ ਲੰਮੀ ਚੌੜੀ ਗੱਲ ਨਹੀਂ ਕਰਨੀ। ਮੱਝ ਤੇਰੀ ਸੂਪ ਹੀ ਹੈ, ਜੇਰ ਪਾਉਣ ਵਾਲੀ ਹੈ, ਪਾਉਂਦੀ ਪਈ ਇਨਸ਼ਾਅੱਲਾ। ਤੇ ਥਣਾ ਦੀ ਗਰੰਟੀ ਆਪਣੀ? ਥਣਾ ਦੀ ਗਰੰਟੀ ਜੀ। ਸੂਆ ਕਿੰਨਵਾ ਸੂਈ ਹੈ? ਦੂਸਰਾ ਜੀ। ਮਗਰ ਕੱਟਾ? ਮਗਰ ਕੱਟਾ। ਅੱਛਾ, ਤੇ ਇਹਦਾ ਦੁੱਧ ਦੋ ਦੱਸਣਾ ਹੈ ਕਿਉਂਕਿ ਤੇਰੀ ਘਰ ਦੀ ਮੱਝ ਹੈ। ਠੀਕ ਹੈ, ਪਹਿਲਾਂ ਹੋ ਕੇ ਕਿੰਨਾ ਦੁੱਧ ਕਰਦੀ ਰਹੀ ਹੈ? ਪਹਿਲਾਂ ਹੋ ਗਿਆ ਦੁੱਧ ਦਿੰਦੀ ਰਹੀ ਹੈ 14 ਕਿਲੋ, ਬੱਚੇ ਨੂੰ ਪਿਆ ਪਿਊ ਗਏ, ਬੱਚੇ ਨੂੰ ਪਿਆ ਕੇ 14 ਕਿਲੋ ਮੱਝ ਦਿੰਦੀ ਰਹੀ ਦੁੱਧ। ਇਸ ਵਾਰੀ ਕਿੰਨਾ ਦੁੱਧ ਦੇਵੇਗੀ ਇਨਸ਼ਾਅੱਲਾ? ਦੇਖੋ ਜੀ, ਅੱਲਾ ਦੇ ਹੁਕਮ ਨਾਲ ਇਸ ਵਾਰੀ ਵਧਣੀ ਹੈ ਕਰਮ ਵਾਲੀ, ਅੱਗੇ ਨਾਲੋਂ ਵਧਣੀ ਹੈ ਇਨਸ਼ਾਅੱਲਾ, ਅੱਗੇ ਨੂੰ ਵਧਣੀ ਹੈ। ਠੀਕ ਹੋ ਗਿਆ। ਕੁਝ 17-18 ਕਿਲੋ ਕਰੇਗੀ ਦੁੱਧ ਇਨਸ਼ਾਅੱਲਾ ਜੀ? ਇਨਸ਼ਾਅੱਲਾ, ਐਡਾ ਦੁੱਧ ਮਾਈ ਦੇ ਮੂੰਹ ਤੇ ਵੀ ਪੈਂਦਾ ਮਾਸ਼ਾਅੱਲਾ, ਤੁਸੀਂ ਸਾਰਾ ਜਾਣ ਫਿਰਦੇ ਰਹੋ, ਐਡਾ ਕੱਦ ਕਬਾੜੇ ਵਾਲੀ ਮੱਝ ਕਿਤੇ ਕਰਮ ਵਾਲੀਆਂ ਕਿਤੇ ਥਾਂ ਥਾਂ ਤੇ ਖਲੋਤੀਆਂ। ਅੱਛਾ, ਤੇ ਰੋਜ਼ਿਆਂ ਦਾ ਮਹੀਨਾ, ਮੇਰੀ ਗੱਲ ਸੁਣ ਭਰਾ ਮੇਰਾ, ਬਹੁਤ ਹੀ ਤੈਨੂੰ ਐਵੇਂ ਜਨਾਬ ਤੈਨੂੰ ਵੀ ਸਫਾਈ ਜਾਈਏ ਤਾਂ ਆਪ ਹੀ ਖੱਪੀ ਜਾਈਏ, ਕੋਈ ਫਾਇਦਾ ਨਹੀਂ ਹੈ। ਜਿਹੜੇ ਪੈਸੇ ਜਨਾਬ ਪਿਆਰ ਮੁਹੱਬਤ ਵਾਲੇ ਜਿਹੜੇ ਲੈਣੇ? ਪਿਆਰ ਮੁਹੱਬਤ ਵਾਲੇ ਲੈਣੇ? ਹਾਂਜੀ, ਪਿਆਰ ਮੁਹੱਬਤ ਵਾਲੇ। ਮੱਝ ਤੇ ਮੇਰੀ ਹੈ ਜੀ 5 ਲੱਖ ਦੀ। ਅੱਛਾ, ਲੇਕਿਨ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ 4 ਲੱਖ ਦੀ ਮੱਝ ਆਪਾਂ ਵੇਚਾਂਗੇ। 4 ਲੱਖ? 4 ਲੱਖ ਤੇ 50,000 ਰੁਪਈਏ ਦੀ। 4 ਲੱਖ ਤੇ 50,000 ਰੁਪਈਏ ਦੀ, ਠੀਕ ਹੋ ਗਿਆ। ਤੇ ਇਹਦੇ ਵਿੱਚ ਜਨਾਬ ਕੋਈ ਮਾੜਾ ਮੋਟਾ ਪਿਆਰ ਮੁਹੱਬਤ
ਪਿਆਰ ਮੁਹਬਤ ਮੇਰੇ ਨਾਲ ਪਹਿਲੋ ਕਰਕੇ ਆ ਜੀ। ਮੱਝ ਵੀ ਚੰਗੀ ਹੈ ਮੇਰੀ, ਮੱਝ ਚੰਗੀ ਤੇਰੀ, ਸਾਡੇ ਭਰਾਵਾਂ ਨੇ ਵੇਖ ਲੈਣੀ ਹੈ ਤੇ 4.5 ਲੱਖ ਰੁਪਏ ਅੱਲਾ ਦੇ ਹੁਕਮ ਨਾਲ। ਵੇਖੋ ਵੀਡੀਓ ਚ ਮੱਝ ਹੋਰ ਜਿਹੜਾ ਕੋਈ ਆਣ ਕੇ ਮੱਝ ਵੇਖੇਗਾ ਨਾ, ਅੱਲਾ ਦੇ ਹੁਕਮ ਨਾਲ ਏਡੀਆਂ ਏਡੀਆਂ ਮੱਝਾਂ ਵੇਖੋ, ਮੇਰੇ ਕੱਦ ਬਰਾਬਰ ਮੱਝ ਹੈ। ਮੱਝ ਦਾ ਕੱਦ ਹੋਣਾ 6 ਫੁੱਟ। ਹਾਂਜੀ 6 ਫੁੱਟ ਮੱਝ ਦਾ ਕੱਦ, ਇਨਸ਼ਾਅੱਲਾ ਤਾਲਾ ਅੱਲਾ ਦੇ ਹੁਕਮ ਨਾਲ। ਥਣ ਚੱਡਾ ਚੰਗਾ ਮੱਝ ਦਾ, ਬਰੀਕ ਮੱਝ ਹੈ, ਕੋਈ ਬੇਨਸਲੀ ਨੀ, ਕੋਈ ਨਸਲਦਾਰ ਮੱਝ ਹੈ, ਘਰ ਦੀ ਨਸਲਦਾਰ। ਹਾਂ ਅੱਛਾ, ਮੱਝ ਸੂਈ ਕਰੀਏ, ਥਣ ਪਾਸ ਕੀਤੇ ਤੂੰ? ਹਾਂਜੀ ਧਾਰ ਧਾਰ ਮਾਰੀਏ, ਤਾਂ ਸਾਡੇ ਘਰ ਦੀ ਮੱਝ ਕਰਮਾ ਵਾਲੇ, ਸਾਨੂੰ ਇਹਦੀ ਸਾਰੀ ਮੱਝ ਦਾ ਪਤਾ ਵਾ। ਅੱਛਾ 4.5 ਲੱਖ ਰੁਪਏ ਵਿੱਚ ਮੁਹੱਬਤ ਪਿਆਰ ਕੋ ਮਾੜਾ ਮੋਟਾ ਹੋ ਜਾਵੇਗਾ? ਪਿਆਰ ਨੂੰ ਵਧਾਈ ਸਾਹਿਬ, ਵੇਖੋ ਕਸਮ ਤੇ ਖਾਧੀ ਕੋਨੀ ਗੀ। ਹਾਂਜੀ ਠੀਕ ਹੈ, ਤੇ ਇਨਸ਼ਾਅੱਲਾ ਤਾਲਾ ਅੱਲਾ ਦੇ ਹੁਕਮ ਨਾਲ ਮੱਝ ਮੇਰੀ ਇੰਨੇ ਦੀ ਆ। ਮੱਝ ਤੇਰੀ 5 ਲੱਖ ਦੀ ਹੈ, ਲੇਕਿਨ ਵੇਚਣੀ 4.5 ਲੱਖ, ਵੇਚਣੀ 4.5 ਲੱਖ ਦੀ ਹੈ ਇਨਸ਼ਾਅੱਲਾ। ਇਹ ਅਜੇ ਉੱਠਦਾ ਨੀ ਕੱਟਾ? ਕੱਟਾ ਹਜੇ ਹੁਣ ਤੇ ਘੰਟਾ ਤਾਂ ਹੋਇਆ ਜੀ ਸੂਈ ਨੂੰ, ਹਜੇ ਘੰਟਾ ਦਾ ਕੱਟਾ ਕੱਟਾ ਤੰਦਰੁਸਤ ਦਾ ਮੂੰਹ ਇਨ ਖਾਸ ਕੈਮਰੇ ਲਿਆ ਹੈ। ਐ ਲੋ ਮਾਸ਼ਾਅੱਲਾ, ਉੱਠ ਵੀ ਪਊ ਕਰਮ ਵਾਲਾ, ਹਜੇ ਹੁਣ ਤੇ ਸੂਈ ਮੱਝ ਹਜੇ ਭਾਰ ਭੂਰ ਲੱਤਾਂ ਤੇ ਪਾਏਗਾ। ਠੀਕ ਹੈ ਨਾ, ਤਕਲੀਫ ਤੰਗ ਕਰ ਰਹੇ, ਉੱਠ ਪਿਆ ਗੱਲਾਂ ਦੀ ਮਿਹਰਬਾਨੀ ਨਾਲ। ਲਓ ਜਨਾਬ, ਮਗਰ ਕੱਟਾ 1 ਘੰਟਾ ਹੋ ਗਿਆ ਸੂਈ ਨੂੰ, ਜਨਾਬ ਜੇਰ ਪਾਉਂਦੀ ਪਈ ਹੈ, ਥਣਾਂ ਦੀ ਮਾਲਕ ਦੀ ਗਰੰਟੀ ਹੈ, ਥਣ ਜਨਾਬ ਸਾਫ ਸੁਥਰੇ, ਛੱਟਾ ਫੁਆਰਾ ਕੋਈ ਨਹੀਂ, ਗੰਢ ਮਰੋੜੀ ਕੋਈ ਨਹੀਂ। ਬਾਕੀ ਜਨਾਬ ਅੱਲਾ ਦੇ ਫਜ਼ਲ ਨਾਲ ਭਰਾਵਾਂ ਨੇ ਤਸੱਲੀ ਕਰ ਲੈਣੀ ਹੈ। 4.5 ਲੱਖ ਰੁਪਇਆ ਇਹ ਮੁਹੱਬਤ ਪਿਆਰ ਕਰਕੇ ਜਨਾਬ ਵਿੱਚ ਇਨਸ਼ਾਅੱਲਾ ਕਰਵਾਵਾਂਗੇ ਜਿੰਨਾ ਕੁ ਹੋ ਸਕਿਆ। ਬਾਕੀ ਜਨਾਬ ਹਵਾਨਾ ਅੱਲਾ ਦੀ ਮਿਹਰਬਾਨੀ ਨਾਲ, ਇਹ ਗੱਲਾਂ ਹੀ ਨਹੀਂ ਕਰਨੀਆਂ ਜਨਾਬ, 1.5 ਫੁੱਟ ਹਵਾਨਾ ਚੌੜਾ ਪੂਰਾ ਜਨਾਬ, ਧੁਨੀ ਤੋਂ ਲੈ ਕੇ ਤੇ ਸਾਰ ਤੱਕ ਮੱਝ ਪੂਰੀ ਬਰੀਕ। ਵੀਡੀਓ ਪਸੰਦ ਆਵੇ ਤੇ ਆਪਣੇ ਚੈਨਲ ਜਨਾਬ ਸ਼ੇਅਰ ਤੇ ਲਾਈਕ ਤੇ ਮਾਸ਼ਾਅੱਲਾ ਦਾ ਕਮੈਂਟ ਕਰਨਾ। ਨੰਬਰ ਆਪਣਾ ਡਿਸਕ੍ਰਿਪਸ਼ਨ ਦੇ ਵਿੱਚ ਹੁੰਦਾ, 0348-0678-88 ਆਪਣਾ ਵਟਸਐਪ ਨੰਬਰ ਹੈ, ਈਮੇਲ ਨੰਬਰ ਹੈ। ਮਿਲਾਂਗੇ ਜਨਾਬ ਇੱਕ ਅੱਛੀ ਤੇ ਬਿਹਤਰੀਨ ਨਵੀਂ ਵੀਡੀਓ ਦੇ ਨਾਲ। ਅੱਲਾ ਨਿਗਹਿਬਾਨ, ਪਾਕਿਸਤਾਨ ਜ਼ਿੰਦਾਬਾਦ।